ਆ ਦੋ ਸ਼ੇਰ ਜੰਗਲੇ ਵਿੱਚ ਫਸ ਗਏ ਤੇ بڑے ਸ਼ੇਰ ਨੇ ਤੇ ਜੰਗਲਾ ਭਾਰ ਕਰ ਲਿਆ ਤੇ ਛੋਟਾ ਸ਼ੇਰ ਫਸਿਆ ਬਟ ਇਹ ਬਣਾਏ ਛੋਟੇ ਸ਼ੇਰ ਵਾਸਤੇ ਜੰਗਲਾ ਹੈਗਾ ਕਿ ਮਿੰਟ ਮਾਰਦਾ ਸੀੜੀਆਂ ਉੱਪਰ ਚੜ ਜਾਂਦਾ ਤੇ ਫਿਰ ਇਹਦੇ ਵਾਸਤੇ ਨੇ ਜੰਗਲਾ ਤਿਆਰ ਕੀਤਾ ਕਿ ਸੀੜੀਆਂ ਦੇ ਉੱਪਰ ਚੜ ਸਕੇ ਆ ਬਾਬਾ ਜੀ ਨੂੰ ਬੜੀ ਮੁਸ਼ਕਿਲ ਨਾਲ ਫੜ ਕੇ ਲੈ ਕੇ ਆਂਦਾ ਮੈਂ ਤੇ ਮੈਂ ਇਹਨ ਸਜਾਰੇ ਸੱਗੇ ਤੋਂ ਅੱਗੇ ਹਾਲਾਂਕਿ ਅਕਸਰ ਅਕਸਰ ਆਉਂਦੇ ਰਹਿੰਦੇ ਇਹਨਾਂ ਕੋ ਕੰਮ ਸ਼ਾਮ ਕਰਵਾ ਲਈ ਤੇ ਪਛਾਤ ਸਾਫ ਕਰਵਾ ਲਈ ਦੀ ਹੈਗੀ ਉਹ ਮਾਰੀ ਸੜ ਤੋਂ ਚੜ ਦੇ ਗੇਰ ਫਰ ਵਾਲੀ ਦਾ ਲੇਕਿਨ ਅੱਜ ਕੱਲ ਇਹ ਸਾਡ ਨੂੰ ਕੋ ਲਿਫਟਿੰਗ ਕਰਵਾ ਰਹੇ ਬੜੀ ਮੁਸ਼ਕਿਲਾਂ ਲੈ ਕੇ ਆਉਂਦੇ ਕਿ ਛਟੀਆਂ ਛਟੀਆਂ ਹੈਗੀਆਂ ਤੇ ਉਹ ਸਾਡੇ ਹੀ ਕੰਮ ਕਰਤ। ਤੇ ਅਗਲੇ ਦਿਨ ਟਾਈਮ ਤੇ ਫਿਰ ਅੱਜ ਹੀ ਹਾਜ਼ਰ ਹੋਏ ਆ। ਹਾਂਜੀ ਆ ਕੋਣ ਨੇ ਨਾ ਵੀ ਤੁਹਾਡੀ ਮਲਾਕਾਤ ਕਰਵਾਉਂਦੇ ਆ ਕਟਿੰਗ ਸ਼ਟਿੰਗ ਹੋਈ ਅੱਜ ਜ਼ਿਆਦਿਆਂ ਦੀ। ਨਾ ਤੋਂ ਕੇ ਤੋਂ ਤੇ ਤਪ ਸਿੱਖ ਰਹੇ ਹੈਗੇ। ਅਸਲਾਮੁਅਲੈਕੁਮ ਭੈਣ ਪ੍ਰੋਵ ਕੀ ਹਾਲ ਸਾਡੀ ਸਵੇਰ ਹੋ ਗਈ ਸੀ ਮਾਸ਼ਾਅੱਲਾ ਸਾਡੇ 6 ਦਾ ਟਾਈਮ ਆ। ਸਵਾ 6 ਦਾ ਟਾਈਮ ਆ। ਤਾਂ ਚੌਧਰੀ ਸਾਹਿਬ ਜਿਹੜੇ ਨਿੱਕੇ ਹਨ ਉਹ ਸਵੇਰੇ 4:30 ਉੱਠ ਗਏ ਸੀਗੇ ਫਿਰ ਦੁੱਧ ਦਾ ਫੀਡਰ ਕੀਤਾ ਤੇ ਫਿਰ ਵਾਸ਼ਰੂਮ ਤੋਂ ਬਾਅਦ ਫਰੈਸ਼ ਹੋ ਗਏ ਤੇ ਹੁਣ ਇਹ ਮੇਰੇ ਨਾਲ ਇਸ ਟੇਬਲ ਉੱਪਰ ਆਏ ਹੋਏ ਆ ਤੁਹਾਨੂੰ ਵੀ ਤਾਰਫ ਕੁ ਕਰਵਾਉਣੀ ਹੈ ਇਸ ਟੇਬਲ 'ਤੇ ਨਾਸ਼ਤਾ ਕਰ ਰਹੇ ਤੇ ਬਾਕੀ ਬੱਚੇ ਅਜੇ ਕੋਈ ਸੌ ਰਿਹਾ ਤੇ ਕੋਈ ਜਾਗ ਰਿਹਾ ਬਿਸਤਰੇ ਵਿੱਚ ਹੈ ਲੇਕਿਨ ਇਹ ਛੋਟਾ ਨਿੱਕਾ ਚੌਧਰੀ ਸਾਹਿਬ ਜਿਹੜੇ ਹਨ ਆ ਦੇਖੋ ਤੁਸੀਂ ਆਹ ਆ ਬਾਬਾ ਜੀ ਚਾਹ ਪੀ ਰਹੇ ਨਾਲ ਨਾਲ ਰਸ ਵੀ ਖਾ ਰਹੇ ਤੇ ਬੜਾ ਇੰਜੋਏ ਕਰ ਰਹੇ ਇਸ ਵਾਰ ਦਾ ਮੌਲਵੀ ਤੁਹਾਨੂੰ ਸਾਰਾ 10 ਤੋਂ ਕੁ ਟਾਈਮ ਤਾਂ ਇਹ ਸੇਹੇ ਤਰ੍ਹਾਂ ਸੂਰਜ ਵੀ ਨਹੀਂ ਨਿਕਲਿਆ ਹੋਇਆ ਤੇ ਇਨਰ ਨਾਸ਼ਤਾ ਵੀ ਸ਼ੁਰੂ ਹੋ ਗਿਆ ਹਾਂਜੀ ਆ ਸਾਗ ਵੀ ਆ ਗਿਆ ਹੋਇਆ ਤੇ ਇਹ ਸਬਜ਼ਮੰਡੀ ਸਾਡੇ ਘਰ ਦੇ ਕੋਲ ਹੀ ਤੇ ਹਰ ਤਰ੍ਹਾਂ ਦੇ ਪਕਵਾਨ ਮਿਲ ਜਾਂਦੇ ਤੇ ਕਹਰੇ ਸੀ ਕਿ ਸਾਗ ਵੀ ਮਿਲ ਜਾਂਦਾ ਫਿਰ ਜਦੋਂ ਦਿਲ ਕਰਦਾ ਹੈ ਚੌਧਰੀ ਸਾਹਿਬ ਸਾਗ ਵੀ ਲਿਓਂਦੇ ਹੈਗੇ ਤੇ ਫਿਰ ਆਪਣੀ ਮਰਜ਼ੀ ਦੇ ਨਾਲ ਤਾਂ ਅੱਛਾ ਨਹੀਂ ਸਾਲੇ ਤਾਂ ਨਵੇਂ ਬਣਿਆ ਐਸੀ ਬਸ ਕਦੇ-ਕਦੇ ਕੋਈ ਸ਼ੈ ਨਖਤਲੇ ਫਿਰ ਨਹੀਂ ਆਨੀ ਤੇ ਫਿਰ ਜੋ ਦਿਲ ਕਰਦਾ ਲੈ ਵੀ ਆਨੇ ਚਲੋ ਸਾਡਾ ਵੀ ਜਿਸ ਕੋ ਲੱਗ ਜਾਂਦਾ ਹੈ ਕਿ ਕਿਹੜੀ ਗੱਲ ਹੈ ਅੱਚਾ ਵਾਲ ਆਏ ਹੈਗੇ ਸਾਦ ਵਾਸਤੇ ਚਣ ਚਨੇ ਬੱਚਿਆਂ ਵਾਸਤੇ ਸਾਗ ਆਪਣੇ ਵਾਸਤੇ ਆਏ ਹੋਇਆ ਤੇ ਸਵੇਰ ਦਾ ਨਾਸ਼ਤਾ ਤਿਆਰ ਹੋ ਰਿਹਾ ਹੈਗਾ ਦਾਲ ਵੀ ਸੀ ਲੇਕਿਨ ਦਾਲ ਮੈਂ ਇਤਨਾ ਆਟ ਵਿੱਚ ਗੁੰਨ ਲੀ ਸੀ ਕਿ ਤੇ ਮੈਂ ਕਿ ਪ੍ਰਾਠੇ ਬੜੇ ਮਜ਼ੇਦਾਰ ਬਣ ਜਾਂਦੀ ਹੈਗੇ ਤੇ ਦਾਲ ਵੀ ਚੱਲ ਰਹੀ ਹੈ ਚਨੇ ਦੇ ਨਾਲ ਸਾਗ ਵੀ ਤੇ ਬੜੇ ਮਜ਼ੇਦਾਰ ਨਾਸ਼ਤੇ ਚੱਲ ਰਿਹਾ ਤੇ ਸ਼ਹਿਜ਼ਾਦੇ ਬੈਠੇ ਨਾਸ਼ਤਾ ਕਰੇ ਅੱਬਾ ਜਾਨ ਵੀ ਬੈਠੇ ਤਸ਼ਰੀਫ ਫਰਮਾਏ ਹੈਗੇ ਤੇ ਨਾਸ਼ਤਾ ਹੋ ਰਿਹਾ ਗਰਮਾ ਗਰਮ ਤੇ ਬੜਾ ਮਜ਼ੇ ਲੇ ਕੇ ਨਾਸ਼ਤਾ ਇੱਕ ਚੀਜ਼ ਰਹੇ ਤੁਸੀਂ ਨਾਸ਼ਤਾ ਕਰਨਾ ਨਹੀਂ ਹੁੰਦਾ ਨਾ ਫਿਰ ਪਤਾ ਹੀ ਨਹੀਂ ਲੱਗਦਾ ਕਿ ਨਾਸ਼ਤਾ ਕੀਤਾ ਕਿ ਨਹੀਂ ਕੀਤਾ ਹਾਂਜੀ ਅੱਛਾ ਸਵੇ ਸਵੇ ਸੀ ਸੀ ਹੋ ਰਿਹਾ ਸਭ ਤੋਂ ਆਖਰ ਚ ਸਾਡੇ ਘਰ ਵਿੱਚ ਉੱਠਣ ਵਾਲਾ ਬੱਚਾ ਆਇਆ ਤੇ ਫਿਰ ਵੀ ਉਸਕੇ ਛਿੰ ਛਿੰ ਕਰਦਾ ਰਹਿੰਦਾ ਤੇ ਕੋਟ ਨਹੀਂ ਬੰਦ ਹੋ ਰਿਹਾ ਮਾਸ਼ਾਅੱਲਾ ਹਾਂਜੀ ਇਹ ਲੈਬੀ ਦਾ ਨਾ ਇੱਕ ਦਿਨ ਦੇ ਨਿਕਲੇ ਹੋ ਜਾਏਗਾ ਇੱਕ ਸ਼ਾਇਦ ਅਗਲੇ ਸਾਲ ਨਿਕਲਣਾ ਹੈਗਾ ਜਿਹੜਾ ਨਿਕਲੇਗਾ ਇੱਕਦਾਂ ਦੇ ਕੋ ਆਪਣੀ ਮਾਸੀ ਤੇ ਗਿਆ ਇਹਦਾ ਸਾਰੇ ਕਿੰਨੇ ਬਾਕੀ ਦਰ ਨੇ ਅਕਸਰ ਬਾਕੀ ਹਜੇ ਟੁੱਟੇ ਨਹੀਂ ਹੈਗੇ ਇੰਨਾ ਸਿਰਵਾੜਾ ਬੜਾ ਹੀ ਓਖਾ ਕੰਮ ਹੈਗਾ ਤੇ ਹੁਣ ਜਾਈ ਅੱਗੇ ਤੇ ਸਵਾਇਦਾ ਨਹੀਂ ਸੀਗਾ ਹੁਣ ਸਕੂਲ ਜਾਣਾ ਪੈਂਦਾ ਤਾਂ ਅਸੀਂ ਸਵੇਰ ਨੂੰ ਇਕੱਟਿਆਂ ਦਾ ਜ਼ਰੂਰ ਕੰਗੀ ਕਰੀਦੀ ਹੈਗੀ ਬੜੇ ਓਖੇ ਕੰਗੀ ਹੁੰਦੀ ਹੈ ਮੀਨਮ ਅਕਸਰ ਲੋਕਾਂ ਨੇ ਕਿਹਾ ਜੀ ਬੱਚੇ ਨਹੀਂ ਆਖਾ ਜੀ ਤੇ ਸ਼ਰਮਾ ਨਹੀਂ ਪਾਉਂਦੀ ਹੈਗੀ ਸ਼ਰਮਾ ਮੈਨੂੰ ਪਾਣ ਨਹੀਂ ਆਉਂਦਾ ਮੈਂ ਪਾਵਾਂ ਕਿਸ ਤਰ੍ਹਾਂ ਆ ਜਿਹੜਾ ਸਾਰਾ ਪੁੰਡਾਰਾ ਬਾਕਸ ਖੋਲਿਆ ਹੋਇਆ ਇਹ ਛੋਟੀ ਚੌਧਰੀ ਨਹੀਂ ਕਿ ਉਠਾ ਕੇ ਨਾ ਉਮਦ ਸਾਦ ਨੂੰ ਤੇ ਇਹਨਾਂ ਫਿਰ ਤਿਆਰ ਕਰੀਦਾ ਕਿਉਂਕਿ ਉਹ ਤਾਂ ਮਿੰਟ ਲਾਉਂਦਾ ਚਾਰ ਪਾਈ ਤੇ ਨੀਚੇ ਸੀੜੀਆਂ ਥੱਲੇ ਸੀੜੀਆਂ ਤੋਂ ਬਾਅਦ ਫਿਰ ਬਾਹਰ ਤੇ ਕੋਈ ਸੱਤ ਵਾਰੀ ਨੂੰ ਫੜ ਕੇ ਲੈ ਕੇ ਤੇ ਇਸ ਵਾਸਤੇ ਥੋੜੀ ਜਿਹੀ ਨੂੰ ਆਪਣੇ ਨਜ਼ਰਾਂ ਦੇ ਸਾਹਮਣੇ ਰੱਖਣ ਵਾਸਤੇ ਨੇ ਇਹ ਵਾਸਤੇ ਡੱਬੇ ਦੇ ਸਾਹਮਣੇ ਰੱਖੀਦਾ ਹਾਂਜੀ ਬੜੀ ਬੜੀ YouTube ਫੈਮਿਲੀ ਬੱਚੇ ਤਿਆਰ ਹੋ ਗਏ ਸਕੂਲ ਜਾ ਰਹੇਗੇ ਤਾਂ ਅਸੀਂ ਥੋੜੀ ਜਿਹੀ ਪੂਜਾ ਕਰ ਲਈਏ ਹਾਂਜੀ ਤੇ ਸ਼ਾਮ ਟਾਈਮ ਦਲੀਆ ਪਕਾਇਆ ਹੋਇਆ ਸੀ दलिया भी खा अम्मी ने बाबा दिल खोल के बनाया तो अक्सर ठंडा ठार करी अपने जी लेके आए है कि रबड़ी दुध आ शायद तो कई करके का लेके आए किसी चीज़ के चलो लैके आते तो देखते किस तरह रबड़ी दुर्धद जैका अबू जी बैठे गुस्से गुस्से लगन लगता कि अच कोई केबल तार पिछू निकल गई है जंग पिछ कनैक्शन नहीं आया नहीं तो अब भी इस टाइम सैट हूँ सारा दिन खबर शबर देख के ਲਾਈਬਾ ਸਕੂਲ ਦਾ ਕੰਮ ਕਰੀਆ ਦਲੀਆ ਮੀ ਦੇਖੀ ਹੀ ਅੱਬੂ ਨੂੰ ਦੇਗੀ ਹੈ ਕਿ ਲੇਕਿਨ ਅੱਬੂ ਦੀ ਤਬੀਤ ਕੁਝ ਬਹਾਲ ਨਹੀਂ ਹੈ ਅਗ ਲਗਣ ਢਈ ਤੇ ਰਬਰੀ ਦੋ ਟਕਾਲ ਲਿਆ ਅੱਬੂ ਜੀ ਨੇ ਵੀ ਗਲਾਸ ਕਿਹਾ ਕਿ ਤੁਸੀਂ ਮਨ ਆਪਣੀ ਠੰਡਾ ਕਰੋ ਤਬੀਤ ਸੈਟ ਰੱਖੋ ਆਪਣੀ ਤੇ ਬਾਕੀ ਫਿਰ ਮੈਕਸਨ ਦੀ ਹੁੰਦੀ ਹੈਗੀ ਆ ਉਹ ਵੀ ਕਹ ਰਹੀ ਸੀ ਮੇਰੇ ਕੋਲ ਠੰਡੀ ਠੰਡੀ ਚਾਹ ਕਰਨ ਦਿਲ ਕਰ ਰਿਹਾ ਹੈਗਾ ਤਾਂ ਫਿਰ ਉਸਨੇ ਅੱਬੂ ਨੂੰ ਰਬੀਦਤ ਨੂੰ ਵਾਇਸ ਹੀ ਆਪਣੇ ਵਾਸਤੇ ਤੇ ਉਹਨੇ ਵੀ ਪੀਤਾ ਸਾਰੇ ਨੂੰ ਅਸੀਂ ਵੀ ਪੀਤਾ ਬਈ ਖਾਣੇ ਵਾਲੀ ਚੀਜ਼ ਦੇਖ ਕੇ ਬੰਦੇ ਕੋ ਰਿਆ ਥੋੜੀ ਹੁੰਦਾ ਹੈਗਾ ਆ इसके थोड़ी जी जड पा ली थोड़ी जी जबान ठंडी कर ली ए हाँ जी अबू जी ने देता है दलिया भी सब ने मेरे दलिया ना गुड़ पा पकाया से बड़ा ही मजेदार बनया इस आ चौधरी साहब इस टाइम फीडर फीडर क्या फुल तवजो मेरी तरफ हो गए तो मेरी माँ एक सैकंड वास्ते भी इधर उधर ना हो देखो इसलिए तबीयत कुछ बहाल नहीं हो रही ਇਸ ਵਾਸਤੇ ਸਤਰ ਕਰ ਰਹੇ ਹੈ ਅੱਜ ਸਿਪ ਕਹੀ ਗੋਬੀ ਤੇ ਆਸਟਮ ਚੱਲ ਰਿਹਾ ਹੈ ਨਾਲ ਆਟਾ ਗੁੰਨ ਰਹੀਆਂ ਨਾਲ ਆ ਮਹੀਨੇ ਦੇ ਆਖਰ ਤੀ ਕੁਸ ਚੱਲਦਾ ਜਿੰਨੇ ਮਰਜ਼ੀ ਹੈ ਨਾ ਲੈ ਰਾਸ਼ਨ ਆਜਣਾ ਘਰ ਵਿੱਚ ਮਹੀਨੇ ਦੇ ਆਖਰ ਤੇ ਫਿਰ ਫਿਰ ਲੈਣਾ ਪੈਂਦਾ ਚੀਜ਼ਾਂ ਜਿਹੜੀ ਖਤਮ ਹੋਈਆਂ ਸੀ ਕੁਸ਼ ਹੋਈਆਂ ਬੱਚੇ ਨੇ ਬਿਸਕਟ ਵਗੈਰਾ ਆਏ ਹੈਗੇ ਬਾਕੀ ਕਿ ਹੋ ਚੀਨੀ ਜੋੜੀ ਤਕਰੀਬਨ ਹਰ ਜਿਹੜਾ ਤਰਖਾਦਰ ਤਪਕੋਨ ਦੇ ਘਰ ਵਿੱਚ ਮੁੱਕੀ ਜਾਂਦੀ ਤਕਰੀਬਨ ਮਹੀਨੇ ਜਿਹੜੀ ਸੱਚੀ ਗੱਲ ਹੈਗੀ ਹੈ ਤੇ ਇਹ ਬੇਸ਼ੱਕ 10000 ਦਾ ਰਕਮ ਲੈ ਲੇ ਲੇਕਿਨ ਆਖਰੀ ਹਫਤੇ ਇੰਜ ਨਹੀਂ ਨਿਕਲਦਾ ਘਤਰਖਾਦਰ ਬੰਦੇ ਦਾ ਹਾਂਜੀ ਤਨਖਾਦਰ ਬੰਦੇ ਕੋ ਮਹੀਨੇ ਦੇ ਆਖਰ ਤੇ ਬਸ ਨਾ ਨੋਟ ਵੀ ਵੱਡਾ ਨਹੀਂ ਖੁੱਲਾ ਕਰਾਣਾ ਚਾਹੀਦਾ ਇਸ ਤਰ੍ਹਾਂ ਦੇ ਤਾਂ ਜਿੱਦ ਛੋਟਾ ਨਵੇਂ ਬੰਦੇ ਦੇਖਣ ਡਿਆ ਹੁੰਦਾ ਇਹ ਬੰਦਾ ਕਿੱਥੋਂ ਆ ਗਿਆ ਇਹ ਮੈਂ ਕਿੱਥੋਂ ਵੇਖ ਲਿਆ ਇਹ ਸਭ ਤਾਂ ਕੁਛ ਇਸ ਤਰ੍ਹਾਂ ਦਾ ਹੁੰਦਾ ਤੇ ਮੁਹੰਮਦ ਸਾਦ ਫੜਨ ਡਿਆ ਹੋਵੇ ਕਬੇ ਨਾ ਪਲ ਕਬੇ ਫੜ ਹੁੰਦੀ ਮੁਹੰਮਦ ਸਾਦ ਕੋ ਆ ਬੱਚੇ ਵੀ ਨਾ ਅਜੀਬ ਜਿਹੀ ਗੱਲਾਂ ਹਰਕਤਾਂ ਕਰਦੇ ਹੈਗੇ ਤੇ ਅਗਰ ਤੁਹਾਨੂੰ ਅੱਜ ਦੇ ਵੀ ਲੋਕ ਅੱਛਾ ਲੱਗੇ ਕਮੈਂਟ ਲਾਜ਼ਮੀ ਕਰਿਓ ਇਸ ਨਾਲ ਤੁਹੋ ਕੋਈ ਜਜ਼ ਜ਼ੋਨੇ ਤੇ ਅੱਲਾ ਹਾਫੀਜ਼